ਸਿੰਘ ਕੀ ਦੱਸੇ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਸੋ ਸਾਰੇ ਠੀਕ ਹੋਵੋਗੇ ਜੀ ਤੇ ਸਵਾਗਤ ਹੈ ਜੀ ਫਿਰ ਤੋਂ ਨਵੇਂ ਵਲੌਗ ਵਿੱਚ ਤੇ ਅੱਜ ਦਾ ਵਲੌਗ ਹੈ ਜੀ ਕਾਲਜ ਟੂਰ ਕੈਪਸ਼ਨ ਤੁਸੀਂ ਪੜ੍ਹ ਹੀ ਲਿਆ ਤੇ ਥੰਬਨੇਲ ਦੇਖ ਹੀ ਲਿਆ ਤੇ ਪਹਿਲਾਂ ਤਾਂ ਜੀ ਇਹ ਵਲੌਗ ਕਾਫੀ ਟਾਈਮ ਬਾਅਦ ਆ ਰਿਹਾ ਆਈ ਨੋ ਤੇ ਇਹ ਵੀ ਦੱਸਦਾ ਕਿਉਂ ਲੇਟ ਆ ਰਹੇ ਕਿਉਂਕਿ ਮੇਰੀ ਜੀ ਤਬੀਅਤ ਹੋ ਗਈ ਸੀ ਜੀ ਥੋੜ੍ਹੀ ਜਿਹੀ ਖਰਾਬ ਅਤੇ ਥੋੜ੍ਹੀ ਜਿਹੀ ਜ਼ਿਆਦਾ ਹੀ ਹੋ ਗਈ ਸੀ ਮੰਨ ਲਓ ਕਿ ਬੁਖਾਰ ਫੀਵਰ ਐਵਰੀਥਿੰਗ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਸੀਗਾ ਅਤੇ ਫਸਟ ਟਾਈਮ ਐਕਸਪੀਰੀਅੰਸ ਕਰ ਰਹੇ ਇੱਧਰ ਦੀ ਸਨੋ ਐਂਡ ਜਿਸ ਦਿਨ ਮੇਰੀ ਤਬੀਅਤ ਖਰਾਬ ਹੋਈ ਸੀ ਕਿ ਉਸ ਦਿਨ ਸੀਗਾ ਜੀ -25 ਅਤੇ ਫਸਟ ਟਾਈਮ ਐਕਸਪੀਰੀਅੰਸ ਕਰ ਰਹੇ ਸੀਗੇ ਅਤੇ ਬਟ ਚਲੋ ਕੋਈ ਨਾ ਹੁਣ ਬੈਟਰ ਆ ਪਹਿਲਾਂ ਨਾਲੋਂ ਅਤੇ ਮੈਂ ਸੋਚਿਆ ਜੀ ਅੱਜ ਜਾਣਾ ਜੀ ਆਪਾਂ ਕਾਲਜ ਅਤੇ ਅੱਜ ਜੀ ਆਪਣੀ ਲੈਬ ਦੀ ਕਲਾਸ ਜੋ ਕਿ ਆਪਾਂ ਮਿਸ ਨਹੀਂ ਕਰ ਸਕਦੇ ਜੇ ਮਿਸ ਕਰਤੀ ਤਾਂ ਬਾਅਦ 'ਚ ਔਖੇ ਹੋ ਜਾਵਾਂਗੇ ਅਤੇ ਅੱਜ ਬਾਹਰ ਦੀ ਪੈ ਰਹੀ ਹੈ ਸੁਣੋ ਇੱਕ ਵਾਰੀ ਦਿਖਾ ਦਿੰਦਾ ਆ ਦੇਖੋ ਮੇ ਬੀ ਹਲਕੀ ਮਾੜੀ ਆ ਤੁਹਾਨੂੰ ਨਹੀਂ ਦਿਸ ਰਹੀ ਹੋਊਗੀ ਬਟ ਬਾਹਰ ਮਾੜੀ ਮਾੜੀ ਸੁਣੋ ਜੀ ਪੈ ਰਹੀ ਆ ਜੰਮੀ ਪਈ ਆ ਜੀ ਸਾਰੀ ਅਤੇ ਅੱਜ ਵੀ ਟੈਂਪਰੇਚਰ -3 ਅਤੇ -4 -3-4 ਅਤੇ ਫੀਲਸ ਲਾਈਕ 8-9 ਹੁੰਦਾ ਹੀ ਆ ਅਤੇ ਉਸ ਦਿਨ ਕਾਫੀ ਜ਼ਿਆਦਾ ਸੀਗਾ ਬਰੈਂਪਟਨ ਦਾ -25 ਫੀਲਸ ਲਾਈਕ ਇੰਨਾ ਸੀਗਾ ਤਾਂ ਉਸ ਕਰਕੇ ਉਸ ਦਿਨ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੀਗੀ ਬਟ ਮੇਕ ਸ਼ੋਰ ਤੁਸੀਂ ਬਾਹਰ ਨਿਕਲਦੇ ਹੋ ਤਾਂ ਵੈਦਰ ਜ਼ਰੂਰ ਚੈੱਕ ਕਰਿਓ ਇੱਧਰ ਦਾ ਕੀ ਵੈਦਰ ਦਾ ਪਤਾ ਨਹੀਂ ਹੁੰਦਾ ਹੈ ਨਾ ਕਈ ਵਾਰੀ ਜਦੋਂ ਹਵਾ ਚੱਲਦੀ ਉਦੋਂ ਬਹੁਤ ਹੀ ਜ਼ਿਆਦਾ ਠੰਡ ਹੋ ਜਾਂਦੀ ਉਸ ਦਿਨ ਹਵਾ ਸੀਗੀ ਅਤੇ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਟ ਚਲੋ ਕੋਈ ਨਾ ਹੁਣ ਠੀਕ ਆ ਅਤੇ ਚੱਲਦੇ ਹਾਂ ਪੂਰਾ ਵਲੌਗ ਦੇਖਿਓ ਅਤੇ ਮਿਲਦੇ ਆਪਾਂ ਜਾ ਕੇ ਸਿੱਧਾ ਕਾਲਜ ਹੁਣ ਨਹੀਂ ਦਿਖਾਊਂਗਾ ਬਾਹਰ ਹੈ ਨਾ ਕਿਉਂਕਿ ਹੁਣ ਡਾਇਰੈਕਟ ਕਾਲਜ ਹੀ ਮਿਲਾਂਗੇ ਪੂਰਾ ਵਲੌਗ ਦੇਖਿਓ ਜੀ ਹਾਂਜੀ ਗਾਇਸ ਅਤੇ ਇਸ ਤੋਂ ਉੱਪਰ ਇੱਕ ਹੋਰ ਆਪਾਂ ਜੈਕਟ ਵੇਅਰ ਕਰਨੀ ਕਿਉਂਕਿ ਠੰਡ ਬਹੁਤ ਹੈ ਅਤੇ ਸਨੋ ਵੀ ਕਾਫੀ ਹੋ ਚੁੱਕੀ ਆ ਅਤੇ ਅੱਜ ਆਪਾਂ ਪਰ ਨਾ ਹੀ ਮੈਂ ਮੋਸਟਲੀ ਬੰਨ ਕੇ ਜਾਂਦਾ ਪਰ ਨਾ ਹੀ ਹੈ ਨਾ ਕਈ ਕਾਫੀ ਪੱਗ ਪੁੱਗ ਬੰਨ ਕੇ ਜਾਂਦੇ ਇੱਥੇ ਆ ਕੇ ਇੰਨੀ ਪੱਗ ਨਹੀਂ ਬੰਨੀ ਗਈ ਕਿਉਂਕਿ ਪਰ ਨਾ ਹੀ ਇਨਫ ਆ ਅਤੇ ਗੱਲਾਂ ਬਾਤਾਂ ਬਾਅਦ 'ਚ ਕਰਦੇ ਹਾਂ ਅਤੇ ਚੱਲਦੇ ਹਾਂ ਹੁਣ ਕਾਲਜ ਅਤੇ 12:22 'ਤੇ ਆਪਣੀ ਬੱਸ ਆ ਜੀ ਉਸ ਤੋਂ ਬਾਅਦ 1 ਵਜੇ ਆਪਣੀ ਟ੍ਰੇਨ ਆ ਅਤੇ ਆਪਾਂ ਨੂੰ 1:30 ਵਜੇ ਤੱਕ ਲਾ ਦੂੰਗੀ ਜੀ ਟੋਰਾਂਟੋ ਉਸ ਤੋਂ ਬਾਅਦ ਆਪਣੀ 10 ਮਿੰਟ ਦੀ ਵੋਕ ਆ ਦੈਨ ਉਸ ਤੋਂ ਬਾਅਦ ਆਪਣਾ ਕਾਲਜ ਆ ਬਣੇ ਰਹੋ ਪੂਰਾ ਵਲੌਗ ਦੇਖਿਓ ਅਤੇ ਮਿਲਦੇ ਹਾਂ ਆਪਾਂ ਅੱਗੇ ਜਾ ਕੇ ਡਾਇਰੈਕਟ ਕਾਲਜ ਹਾਂਜੀ ਗਾਇਜ਼ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਜੀ ਆਪਣੇ ਕਾਲਜ ਅਤੇ ਸਾਹਮਣੇ ਜੀ ਆਪਣਾ ਕਾਲਜ ਆ ਰਿਹਾ ਜੀ ਆਪਣਾ ਕਾਲਜ ਇਹ ਆ ਜੀ ਸਾਬੇ ਅਤੇ ਆਹ ਜਿਹੜੀ ਬਿਲਡਿੰਗ ਦਿਖ ਰਹੀ ਇਹ ਵੀ ਆਪਣੇ ਕਾਲਜ ਦੀ ਅਤੇ ਉਹਦੇ ਪਿੱਛੇ ਵਾਲੀ ਉਹ ਵੀ ਆਪਣੇ ਕਾਲਜ ਦੀ ਆ ਐਂਡ ਇੱਥੇ ਤੁਹਾਨੂੰ ਦੇਖ ਹੀ ਰਿਹਾ ਜੀ ਜੋਰਜ ਬਰਾਊਨ ਕਾਲਜ ਸੈਂਟ ਜੇਮ ਕੈਂਪਸ ਕਿੰਗ ਸਟਰੀਟ 'ਤੇ ਆ ਜੀ ਇਹ ਅਤੇ ਹੁਣ ਚੱਲਦੇ ਹਾਂ ਆਪਾਂ ਅੰਦਰ ਅਤੇ ਬਣਾਉਂਦੇ ਹਾਂ ਪੂਰਾ ਵਲੌਗ ਇਹ ਹੈ ਜੀ ਐਂਟਰੈਂਸ ਇਹ ਹੈ ਜੀ ਜਿਹਨੇ ਟੈਸਟ ਟੁਸਟ ਦੇਣਾ ਹੁੰਦਾ ਇਹ ਜੀ ਟੈਸਟ ਐਂਡ ਸਾਹਮਣੇ ਆ ਜੀ ਇਨਫੋਰਮੇਸ਼ਨ ਸੈਂਟਰ ਜਿਵੇਂ ਕਿ ਆਪਾਂ ਰਿਸੈਪਸ਼ਨ ਵੀ ਕਹਿ ਸਕਦੇ ਹਾਂ ਅਤੇ ਉਹ ਵਾਲਾ ਪਾਰਟ ਹੈ ਕਿਸੇ ਨੂੰ ਵੀ ਕੁਐਰੀ ਵਗੈਰਾ ਹੁੰਦੀ ਹੈ ਅਤੇ ਉਹ ਤੁਸੀਂ ਉੱਪਰ ਦੇਖ ਸਕਦੇ ਹੋ ਲਾਇਬ੍ਰੇਰੀ ਵਗੈਰਾ ਬੁੱਕਸ ਫਸਟ ਐਂਡ ਆਪਾਂ ਚੱਲਦੇ ਹਾਂ ਜੀ ਥੱਲੇ ਜਿੱਥੇ ਕਿ ਕੈਂਟੀਨ ਵਗੈਰਾ ਐਵਰੀਥਿੰਗ ਆ ਜਦੋਂ ਤੁਸੀਂ ਮੇਨ ਬਿਲਡਿੰਗ 'ਚ ਤੁਸੀਂ ਐਂਟਰ ਕਰੋਗੇ ਮੇਨ ਬਿਲਡਿੰਗ ਤੋਂ ਅਤੇ ਰਾਈਟ ਹੈਂਡ ਸਾਈਡ 'ਤੇ ਇਹਦੀ ਆ ਕੈਂਟੀਨ ਐਂਡ ਇੱਥੇ ਆ ਜੀ ਸਟੂਡੈਂਟ ਸਰਵਿਸ ਸੈਂਟਰ ਪਿੱਛੇ ਸਾਰਾ ਕੁਝ ਜੇ ਕਿਸੇ ਨੂੰ ਕੁਐਰੀ ਹੈ ਤਾਂ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਹੋ ਬਾਕੀ ਇੱਥੇ ਵੀ ਬੈਠੇ ਨੇ ਅਤੇ ਤੁਸੀਂ ਮੇਨ ਬਿਲਡਿੰਗ 'ਚ ਜੋ ਤੁਸੀਂ ਐਂਟਰ ਕਰੋਗੇ ਤਾਂ ਤੁਹਾਨੂੰ ਦਿਖ ਜਾਊਗਾ ਸਟੂਡੈਂਟ ਸਰਵਿਸ ਸੈਂਟਰ ਐਂਡ ਯੂ ਕੈਨ ਟੋਕ ਵਿਦ ਹਿਮ ਔਰ ਹਰ ਇਹ ਹੈ ਜੀ ਆਪਣੀ ਕੰਟੀਨ ਸਾਹਮਣੇ ਜੀ ਟਿਮ ਹੋਟਲ ਐਂਡ ਇੱਥੇ ਹੈ ਜੀ ਪੀਜ਼ਾ ਸਾਹਮਣੇ ਉੱਧਰ ਵਾਲੀ ਸਾਈਡ ਐਂਡ ਇਹ ਸਾਰੀ ਜੀ ਕੰਟੀਨ ਆ ਇੱਥੇ ਬਹਿ ਕੇ ਬੰਦੇ ਆਪਣਾ ਇੰਜੋਏ ਵਗੈਰਾ ਸਾਰਾ ਕੁਛ ਕਰਦੇ ਆ ਅਤੇ ਹੁਣ ਆਪਾਂ ਦੇਖਦੇ ਹਾਂ ਕਿ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਕੁਛ ਬਾਈ ਕਲਾਸ ਤਾਂ ਲੱਗ ਰਹੀ ਹੈ ਤੁਸੀਂ ਵੀਡੀਓ ਦੇਖ ਹੀ ਲਈ ਹੈ ਨਾ ਜਿਹੜੀ ਆਪਣੀ ਆਹ ਵਾਲੀ ਬਿਲਡਿੰਗ ਬੀ ਬਿਲਡਿੰਗ ਕਿਹੜੀ ਬਿਲਡਿੰਗ ਆਪਣੀ ਡੀ ਬਿਲਡਿੰਗ ਆ ਹੈ ਨਾ ਅਤੇ ਤੁਹਾਨੂੰ ਕਲਾਸ ਦਿਖਾਈ ਸੀ ਜਿਹੜੀ ਕਲਿੱਪ ਐਡ ਕੀਤੀ ਸੀ ਮੈਂ ਤਾਂ ਇੱਧਰੋਂ ਵੀ ਦੇਖ ਲਓ ਤੁਸੀਂ ਕੁਛ ਇੱਦਾਂ ਦੀ ਕਲਾਸ ਆ ਅਤੇ ਆਹ ਆਪਣਾ ਸਿੰਘ ਇਹ ਨਹੀਂ ਟਲਦਾ ਇਹ ਬਾਈ ਨੂੰ ਫੋਟੋਆਂ ਇਹਦੀ ਫੋਟੋ ਖਿੱਚਦਾ ਮੈਂ ਅਤੇ ਵਲੌਗ ਪਹਿਲਾਂ ਆਪਾਂ ਬਾਅਦ 'ਚ ਬਣਾ ਲਾਂਗੇ ਬਾਈ ਦੀ ਫੋਟੋ ਖਿੱਚਦਾ ਸਹੀ ਗੱਲ ਆ ਬਾਈ ਕਹਿੰਦਾ ਇਹਨੇ ਪੈਸੇ ਲਾਇਆ ਫੋਟੋ ਖਿਚਾਉਣੀ ਆਇਆ ਬਾਕੀ ਪੂਰਾ ਵਲੌਗ ਦੇਖਿਓ ਅੱਗੇ ਵੀ ਹਾਂਜੀ ਅਤੇ ਆਪਾਂ ਆ ਚੁੱਕੇ ਹਾਂ ਜੀ ਈ ਬਿਲਡਿੰਗ ਕਿਹੜੀ ਆਪਣੀ ਇਹੀ ਬੀ ਬਿਲਡਿੰਗ ਆ ਸੋਰੀ ਫੋਰ
ਮੈਂ ਘੱਟ ਹੀ ਆਉਂਦਾ ਕਾਲਜ ਤਾਂ ਕਰਕੇ ਮੈਨੂੰ ਪਤਾ ਨਹੀਂ ਇਹ ਹੈ ਜੀ ਆਪਣੀ ਬੀ ਬਿਲਡਿੰਗ ਸੈਕਿੰਡ ਸਮੈਸਟਰ ਮੇਰਾ ਚੱਲ ਰਿਹਾ ਬਟ ਹਾਲੇ ਤੱਕ ਕਾਲਜ ਕਾਫੀ ਵੱਡਾ ਹੈ ਤਾਂ ਕਰਕੇ ਮੈਂ ਦੇਖਿਆ ਵੀ ਨਹੀਂ ਅਤੇ ਬੇਸਿਕਲੀ ਫੋਰ ਹੋਸਪਿਟੈਲਿਟੀ ਵਾਲੇ ਬੱਚਿਆਂ ਵਾਸਤੇ ਹੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਆ ਇੱਧਰ ਨੂੰ ਆ ਇੱਧਰ ਆ ਸਾਰਾ ਜੀ ਇੱਥੇ ਲਿਖਿਆ ਜੀ ਕੰਟੀਨਿਊਇੰਗ ਹਾਂ ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਤੁਸੀਂ ਇੱਧਰੋਂ ਲੈ ਸਕਦੇ ਹੋ ਐਂਡ ਬਾਕੀ ਇੱਦਾਂ ਦੇ ਤੁਹਾਨੂੰ ਦੇਖੀ ਜਾਣਗੇ ਕਿ ਕਿੱਥੇ ਜਾਣਾ ਸਰਵਿਸ ਸਟਿਮੂਲੇਸ਼ਨ ਲੈਬ ਜਾਣਾ ਇੱਧਰ ਐਰੋ ਲੱਗੇ ਆ ਅਤੇ ਇੱਥੇ ਇਹ ਫਸਟ ਫਲੋਰ ਆ ਜੀ ਆਪਣਾ ਐਂਡ ਜਿਹੜਾ ਸਾਹਮਣੇ ਆ ਇਹ ਵੀ ਵਾਈਨ ਵਗੈਰਾ ਵਾਲੇ ਲੈਬ ਮੈਂ ਇੱਕ ਵਾਰੀ ਦਿਖਾ ਦਿੰਦਾ ਤੁਹਾਨੂੰ ਉਹ ਕਰਕੇ ਫਸਟ ਸਮੈਸਟਰ ਹੁੰਦੀ ਹੈ ਉਹਦੀ ਕਲਾਸਾਂ ਲੱਗਦੀਆਂ ਨੇ ਅਤੇ ਇੱਥੇ ਆ ਛੋਟਾ ਜਿਹਾ ਮਤਲਬ ਬੱਚਿਆਂ ਵਾਸਤੇ ਖਾਣ ਪੀਣ ਵਾਸਤੇ ਹੀ ਆ ਜਿਹੜੇ ਕੰਟੀਨ ਟਾਈਪ ਆ ਐਂਡ ਸੈਕਿੰਡ ਫਲੋਰ 'ਤੇ ਵੀ ਲੈ ਕੇ ਚੱਲਦੇ ਹਾਂ ਉਹ ਵੀ ਦਿਖਾ ਦਿੰਦਾ ਮੈਂ ਤੁਹਾਨੂੰ ਹਾਂਜੀ ਇਹ ਆ ਜੀ ਆਪਾਂ ਆ ਗਏ ਸੈਕਿੰਡ ਫਲੋਰ 'ਤੇ ਅਤੇ ਇੱਥੇ ਆ ਜੀ ਕੈਫੇ ਜਿਹੜੇ ਵੀ ਹੋਸਪਿਟੈਲਿਟੀ ਵਾਲੇ ਬੱਚੇ ਆ ਉਹ ਜਿਹੜਾ ਵੀ ਸਮਾਨ ਸਮੂਨ ਮਤਲਬ ਕਿ ਬਣਾਉਂਦੇ ਆ ਅਤੇ ਆ ਇੱਥੇ ਲੱਗੇ ਜੀ ਲਾਰਜ ਕੁਆਂਟਿਟੀ ਕਲਨਰੀ ਲੈਬਸ ਜਿਹੜੇ ਵੀ ਸ਼ੈਫ ਦਾ ਕੋਰਸ ਬੇਸਿਕਲੀ ਹੈ ਨਾ ਲੈ ਕੇ ਆਉਂਦੇ ਆ ਅਤੇ ਜਿਹੜੇ ਸ਼ੈਫ ਦਾ ਕੋਰਸ ਲੈ ਕੇ ਆਉਂਦੇ ਕਿਹੜਾ ਕਹਿੰਦੇ ਉਹਨੂੰ ਕਲਨਰੀ ਮੈਨੇਜਮੈਂਟ ਉਹ ਇਸ ਬਿਲਡਿੰਗ 'ਚ ਉਹਨਾਂ ਦੀ ਕਲਾਸਾਂ ਹੁੰਦੀਆਂ ਨੇ ਅਤੇ ਉਹਨਾਂ ਦੀ ਮਤਲਬ ਜਿਵੇਂ ਬਣਵਾ ਬਣਵੂ ਕੇ ਦੇਖਦੇ ਇੱਥੇ ਆ ਨਾਲੇ ਜਿਹੜਾ ਵੀ ਉਹ ਸਮਾਨ ਸਮੂਨ ਯੂਜ ਕਰਦੇ ਆ ਜਾਂ ਬਣਾਉਂਦੇ ਆ ਟੂਲਸ ਜਾਂ ਜੋ ਵੀ ਆ ਬਣਾਉਂਦੇ ਆ ਅਤੇ ਉਹ ਇੱਥੇ ਕੈਫੇ ਟਾਈਪ 'ਚ ਇੱਥੇ ਨਾਲ ਇਹ ਸੇਲ ਵੀ ਕਰ ਦਿੰਦੇ ਆ ਆ ਇੱਥੇ ਲਾ ਰੱਖੇ ਜੇ ਇਹ ਸਾਰੇ ਸਟੂਡੈਂਟ ਹੀ ਬਣਾਉਂਦੇ ਆ ਜਿਹੜੇ ਵੀ ਪੜ੍ਹਦੇ ਆ ਐਂਡ ਸੋਰੀ ਕਹਿ ਦਿੰਦੇ ਐਂਡ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਦੇਖੋ ਸਾਹਮਣੇ ਕਲਾਸ ਲੱਗ ਰਹੀ ਹੈ ਅਤੇ ਆ ਜੀ ਇਹਨਾਂ ਦੀ ਕਿਚਨ ਜਿਹੜੇ ਵੀ ਕਲਨਰੀ ਵਾਲੇ ਬੱਚੇ ਆ ਅਤੇ ਆ ਵੇਖੋ ਜੀ ਸਾਹਮਣੇ ਬਣਾ ਰਹੇ ਆ ਟੇਸਟ ਹੋ ਰਿਹਾ ਨਾਲੇ ਬਣਾ ਵੀ ਰਹੇ ਆ ਸਮੈਲ ਵੀ ਆ ਰਹੀ ਹੈ ਤੁਸੀਂ ਸਮੈਲ ਨਹੀਂ ਕਰ ਸਕਦੇ ਅਤੇ ਆ ਜੀ ਸਾਰੇ ਕਲਨਰੀ ਵਾਲੇ ਬੱਚੇ ਅਤੇ ਇਹ ਬੀ ਬਿਲਡਿੰਗ ਜਿਹੜੀ ਆਪਣੇ ਕਾਲਜ ਦੀ ਇਹ ਬੇਸਿਕਲੀ ਫੋਰ ਹੋਸਪਿਟੈਲਿਟੀ ਜਿਹੜੇ ਸ਼ੈਫ ਸ਼ੁਫ ਦੇ ਜਾਂ ਟੂਰਿਜ਼ਮ ਵਾਲੇ ਉਹਨਾਂ ਬੱਚਿਆਂ ਵਾਸਤੇ ਆਹ ਵਾਲੀ ਬਿਲਡਿੰਗ ਸਪੈਸ਼ਲ ਹੀ ਆ ਐਂਡ ਬਾਕੀ ਹੁਣ ਥੱਲੇ ਵੀ ਲੈ ਕੇ ਚੱਲਦਾ ਅਤੇ ਹੁਣ ਚੱਲਦੇ ਜੀ ਆਪਾਂ ਦੂਜੀ ਬਿਲਡਿੰਗ 'ਚ ਇਹ ਆ ਜੀ ਬੀ ਬਿਲਡਿੰਗ ਅਤੇ ਆ ਲਿਖਿਆ ਜੀ ਸਾਹਮਣੇ ਜੋਰਜ ਬਰਾਊਨ ਕਾਲਜ ਐਂਡ ਇਹ ਹੈ ਐਡੀਲੇਡ ਸਟਰੀਟ 'ਤੇ ਮੇਨ ਬਿਲਡਿੰਗ ਦੇ ਬੈਕ ਐਂਡ ਸਾਈਡ 'ਤੇ ਆ ਅਤੇ ਇਹ ਸਾਰੀ ਜਿੰਨੇ ਵੀ ਤੁਸੀਂ ਇੱਧਰੋਂ ਦੇਖ ਰਹੇ ਹੋ ਇੱਧਰੋਂ ਲੈ ਕੇ ਆਹ ਵਾਲੀ ਬਿਲਡਿੰਗ ਤੱਕ ਇਹ ਜੀ ਹੈ ਬੀ ਬਿਲਡਿੰਗ ਐਂਡ ਥੱਲੇ ਦੇਖੋ ਹਾਂ ਜਿਹੜੇ ਵੀ ਹੋਸਪਿਟੈਲਿਟੀ ਵਾਲੇ ਨੇ ਉਹ ਸਾਰੇ ਇੱਥੇ ਹੀ ਕਲਾਸਾਂ ਲੱਗਦੀਆਂ ਨੇ ਉਹਨਾਂ ਦੀਆਂ ਐਂਡ ਇਹ ਹੈ ਜੀ ਐਂਟਰੈਂਸ ਆਫ ਬੀ ਬਿਲਡਿੰਗ ਐਂਡ ਤਾਂ ਇੱਥੇ ਆ ਸਾਰੇ ਜਿਹੜੇ ਸ਼ੈਫ ਕਲਨਰੀ ਵਾਲੇ ਉਹ ਆ ਕਰ ਹੀ ਰਹੇ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਜੀ ਦੂਜੀ ਬਿਲਡਿੰਗ 'ਚ ਉਹ ਵੀ ਤੁਹਾਨੂੰ ਦਿਖਾ ਦਿੰਦਾ ਬਣੇ ਰਹੋ ਜੀ ਪੂਰੇ ਵਲੌਗ 'ਚ ਇਹ ਆ ਜੀ ਫਿਫਥ ਫਲੋਰ ਜੋਰਜ ਬਰਾਊਨ ਕਾਲਜ ਦੇ ਸਪੋਰਟਸ ਸੈਂਟਰ ਵੈਲਕਮ ਟੂ ਅਥਲੈਟਿਕਸ ਅਤੇ ਪਹਿਲਾਂ ਇੱਥੇ ਜੇ ਤੁਸੀਂ ਫਸਟ ਟਾਈਮ ਆਏ ਹੋ ਤਾਂ ਤੁਹਾਨੂੰ ਕਿਊ ਆਰ ਕੋਡ ਦਿੱਤਾ ਹੋਇਆ ਮੈਂ ਦਿਖਾ ਦਿੰਦਾ ਆ ਜਿਹੜਾ ਕਿਊ ਆਰ ਕੋਡ ਆ ਇਹਨੂੰ ਤੁਸੀਂ ਸਕੈਨ ਕਰਕੇ ਅਤੇ ਯੈਸ ਨੂੰ ਉਹਦੇ 7 ਕੁਐਸਚਨ ਨੇ ਉਹ ਤੁਸੀਂ ਫਿਲ ਕਰਨੇ ਆ ਸਾਰਿਆਂ 'ਤੇ ਨੋਈ ਕਰਨਾ ਦੈਨ ਉਸ ਤੋਂ ਬਾਅਦ ਉਹਨੂੰ ਦਿਖਾ ਦੇਣਾ ਦੈਨ ਉਸ ਤੋਂ ਬਾਅਦ ਤੁਸੀਂ ਐਂਟਰ ਹੋ ਜਾਈਏ ਜੇ ਤੁਸੀਂ ਫਸਟ ਟਾਈਮ ਆਏ ਹੋ ਤਾਂ ਬਾਕੀ ਮੈਂ ਅੰਦਰ ਐਂਟਰ ਕਰਦਾ ਦੇਖਦਾ ਅਤੇ ਤੁਹਾਨੂੰ ਵੀ ਦਿਖਾਉਂਦਾ ਪੂਰਾ ਦੇਖਣ ਲੋਕ ਇਹ ਜੀ ਬਾਸਕਿਟਬੋਲ ਦਾ ਐਂਡ ਇੱਥੇ ਦੀ ਆਪਣਾ ਦੇਸੀ ਕੋਈ ਨਹੀਂ ਮਿਲੂਗਾ ਤੁਹਾਨੂੰ ਬਾਹਰਲੇ ਮਿਲਣਗੇ ਸਾਰੇ ਐਂਡ ਇਹ ਆ ਜੀ ਸਾਹਮਣੇ ਜੀ ਬੈਡਮਿੰਟਨ ਦਾ ਕੋਰਟ ਐਂਡ ਇੱਥੇ ਆ ਬਾਸਕਿਟਬੋਲ ਖੇਡ ਰਿਹਾ ਹਾਂਜੀ ਗਾਇਜ਼ ਤੁਸੀਂ ਸਪੋਰਟਸ ਸੈਂਟਰ ਦੇਖ ਹੀ ਲਿਆ ਐਂਡ ਮੈਂ ਤੁਹਾਨੂੰ ਦਿਖਾਉਣਾ ਜੀ ਕਾਲਜ ਦਾ ਟੈਰਿਸ ਕਾਫੀ ਵਧੀਆ ਹੈ ਆ ਇੱਥੇ ਵਿਊ ਦੇਖੋ ਤੁਸੀਂ ਇੱਕ ਵਾਰੀ ਇਹ ਅੱਜ ਹੁਣੇ ਤੁਸੀਂ ਮੌਸਮ ਦੇਖਿਆ ਇਹ ਕਿੰਨੀ ਮੀਂਹ ਪੈ ਰਹੇ ਸੀ ਜਦੋਂ ਮੈਂ ਆਇਆ ਸੀਗਾ ਔਰ ਕਹਤੇ ਹੈ ਨਾ ਜਜ਼ਬਾਤ ਬਦਲ ਗਏ ਇੱਕਦਮ ਹੀ ਸਾਰਾ ਕੁਛ ਮੌਸਮ ਵੀ ਬਦਲ ਗਿਆ ਔਰ ਮੌਸਮ ਕਾਫੀ ਵਧੀਆ ਕਾਫੀ ਦਿਨਾਂ ਬਾਅਦ ਮੈਂ ਟੋਰੋਂਟੋ 'ਚ ਐਂਡ ਬਰੈਂਪਟਨ 'ਚ ਧੁੱਪ ਦੇਖੀ ਆ ਅੱਜ ਸਵੇਰੇ ਤਾਂ ਇੱਕਦਮ ਮੀਂਹ ਪੈ ਰਿਹਾ ਸੀ ਬਟ ਹੁਣ ਤੁਸੀਂ ਆਹ ਦੇਖ ਹੀ ਸਕਦੇ ਹੋ ਕਿਆ ਵਿਊ ਆ ਸਾਰੇ ਸਟੂਡੈਂਟ ਇੱਥੇ ਆ ਕੇ ਵਧੀਆ ਨਜ਼ਾਰੇ ਲੈਂਦੇ ਆ ਐਂਡ ਟਾਈਮ ਸਪੈਂਡ ਕਰਦੇ ਜਦੋਂ ਕਲਾਸ ਓਵਰ ਹੋ ਜਾਂਦੀ ਆ ਐਂਡ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ
ਤੇ ਵਲੌਗ ਵਧੀਆ ਲੱਗਿਆ ਹੋਵੇਗਾ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਸਾਰੀ ਚੀਜ਼ਾਂ ਵੀ ਮੈਂ ਨਹੀਂ ਦਿਖਾ ਸਕਦਾ ਕਿਉਂਕਿ ਕਾਫੀ ਵੱਡਾ ਵਲੌਗ ਹੋ ਜੂਗਾ ਐਂਡ ਬਿਲਡਿੰਗਾਂ ਵੀ 3-4 ਨੇ ਬਟ ਸਾਰਿਆਂ 'ਚ ਇਹੀ ਆ ਕਿ ਕਲਾਸਾਂ ਡਿਫਰੈਂਟ ਡਿਫਰੈਂਟ ਸਬਜੈਕਟ ਦੇ ਹਿਸਾਬ ਨਾਲ ਡਿਫਰੈਂਟ ਬਿਲਡਿੰਗ 'ਚ ਕਲਾਸਾਂ ਲੱਗਦੀਆਂ ਨੇ ਦੈਟਸ ਇਟ ਵਲੌਗ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਅਤੇ ਮਿਲਦੇ ਆਪਾਂ ਨਵੇਂ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ।